ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਯੂਟਿਊਬ ਚੈਨਲ ਸੇਵਕ ਅਨੁਭਵ ਵਿੱਚ। ਤਾਂ ਦੋਸਤੋ, ਜਿਹੜੀ ਹੁਣ ਦੀ ਵੀਡੀਓ ਤੁਹਾਡੀ ਲੈ ਕੇ ਹਾਜ਼ਰ ਹੋਏ ਹਾਂ, ਹੈਗੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਪਡੇਟ ਦੇ ਬਾਰੇ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੀ ਬੀ ਏ ਭਾਗ ਪਹਿਲਾਂ ਦੀ ਜਿਹੜੀ ਡੇਟ ਸ਼ੀਟ ਉਹ ਜਾਰੀ ਹੋ ਚੁੱਕੀ ਆ ਜੀ। ਤਾਂ ਜਿੰਨਾ ਵੀ ਕੈਂਡੀਡੇਟ ਨੇ ਬੀ ਏ ਭਾਗ ਪਹਿਲਾਂ ਦੀ ਡੇਟ ਸ਼ੀਟ ਦੇਖਣੀ ਆ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣਾ। ਅਤੇ ਫਸਟ ਟਾਈਮ ਚੈਨਲ 'ਤੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਬਟਨ ਨੂੰ ਪ੍ਰੈਸ ਕਰੋ। ਅਤੇ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ, ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂਗੇ। ਤਾਂ ਇੰਨਾ ਕੁਲੀ ਜਾਣਕਾਰੀ ਲਈ ਸਾਡੇ ਚੈਨਲ ਤੁਸੀਂ ਜ਼ਰੂਰ ਜੁੜੋ। ਤਾਂ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਬੀ ਏ ਦੀ ਜਿਹੜੀ ਡੇਟ ਸ਼ੀਟ ਆ ਕਿਸ ਤਰ੍ਹਾਂ ਤੁਸੀਂ ਦੇ ਸਕਦੇ ਹੋਗੇ ਆਪਣੇ ਫੋਨ ਦੇ ਵਿੱਚ, ਪੀ ਸੀ ਡੈਸਕਟੋਪ ਦੇ ਵਿੱਚ। ਤਾਂ ਉਸਦੇ ਲਈ ਵੀਡੀਓ ਨੂੰ ਪੂਰਾ ਦੇਖੋ। ਤਾਂ ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਫੀਸ਼ੀਅਲ ਵੈਬਸਾਈਟ 'ਤੇ ਆ ਜਾਣਾ ਜੀ। ਅਤੇ ਇਸ 'ਤੇ ਆਉਣ ਤੋਂ ਬਾਅਦ ਤੁਸੀਂ ਦੇਖੋਗੇ ਇੱਥੇ ਐਗਜ਼ਾਮੀਨੇਸ਼ਨ ਇੱਕ ਪੋਰਟਲ ਬਣਿਆ ਹੋਇਆ ਜੀ, ਇਸ 'ਤੇ ਤੁਸੀਂ ਚਲੇ ਜਾਣਾ। ਇਸ 'ਤੇ ਜਾਣ ਤੋਂ ਬਾਅਦ ਇੱਥੇ ਇੱਕ ਡੇਟ ਸ਼ੀਟ ਦੀ ਇੱਕ ਆਪਸ਼ਨ ਆ, ਇਸ ਡੇਟ ਸ਼ੀਟ ਦੇ ਆਪਸ਼ਨ ਤੁਸੀਂ ਆ ਜਾਣਾ। ਆਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਡੇਟ ਸ਼ੀਟ ਦੀ ਜਿਹੜੀ ਇੱਕ ਵੈਬਸਾਈਟ ਹੈ ਜੀ, ਇਹ ਦੁਬਾਰਾ ਆਪਣੇ ਕੋਲ ਓਪਨ ਹੋਊਗੀ। ਤਾਂ ਇੱਥੇ ਜਿਹੜੀਆਂ ਵੀ ਹੁਣ ਦੀ ਤਰੀਕ ਦੇ ਵਿੱਚ ਫਲੈਸ਼ ਹੋ ਰਹੀਆਂ ਡੇਟ ਸ਼ੀਟਾਂ ਸਾਰੀਆਂ ਹੀ ਆ ਚੁੱਕੀਆਂ ਨੇ। ਤਾਂ ਹੁਣ ਆਪਾਂ ਗੱਲ ਕਰਾਂਗੇ ਬੀ ਏ ਦੀ। ਤੁਸੀਂ ਦੇਖ ਸਕਦੇ ਹੋ ਜੋ ਬੀ ਏ ਦੀ ਡੇਟ ਸ਼ੀਟ ਹੈ ਜੀ, ਇਹ 23/1/2021 ਨੂੰ ਅਪਡੇਟ ਹੋਈ ਸੀਗੀ। ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਬੀ ਏ ਦੀ ਜਿਹੜੀ ਡੇਟਸ ਨੂੰ ਕਲਿੱਕ ਕਰਕੇ ਡਾਊਨਲੋਡ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਜੋ ਬੀ ਏ ਭਾਗ ਪਹਿਲਾ ਸਮੈਸਟਰ ਪਹਿਲਾ ਜੋ ਪ੍ਰੀਖਿਆ 1 ਫਰਵਰੀ 2021 ਤੋਂ ਸ਼ੁਰੂ ਹੋ ਰਹੀਆਂ ਨੇ, ਡੇਟ ਸ਼ੀਟ ਲਿਖਤੀ ਪ੍ਰੀਖਿਆ ਜਾਰੀ ਹੋ ਚੁੱਕੀ ਹੈ। ਜੋ ਪ੍ਰੀਖਿਆ ਦਾ ਸਮਾਂ ਜੋ ਸੈਸ਼ਨ ਰਹਿਣਾ ਜੀ, ਉਹ ਸਵੇਰੇ 9:30 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਆ ਜੀ। ਅਤੇ ਉਸ ਤੋਂ ਬਾਅਦ ਪ੍ਰਸ਼ਨ ਪੁੱਤਰ ਡਾਊਨਲੋਡ ਜਾਂ ਪੇਪਰ ਹੱਲ ਕਰਨ ਉੱਤੇ ਅਪਲੋਡ ਕਰਨ ਦਾ ਸਮਾਂ ਵੀ ਇਹੀ ਹੈਗਾ, ਠੀਕ ਆ। ਇਹ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਇਹਦੇ ਵਿੱਚ ਕਿਹੜੇ ਕਿਹੜੇ ਵਿਦਿਆਰਥੀ ਕਹਿ ਸਕਦੇ ਹਾਂ ਆਪਾਂ ਆਉਣਗੇ, ਉਸ ਪ੍ਰਕਾਰ ਨੇ ਇਸ ਦੇ ਵਿੱਚ ਕੀ ਆ, ਰੈਗੂਲਰ ਵੀ ਆਉਣਗੇ, ਡਿਸਟੈਂਸ ਐਜੂਕੇਸ਼ਨ ਪ੍ਰਾਈਵੇਟ ਰੀਪੀਅਰ ਸਪੈਸ਼ਲ ਚਾਂਸ ਵਾਲੇ ਵਿਦਿਆਰਥੀਆਂ ਲਈ ਰੀਪੀਅਰ ਸਪੈਸ਼ਲ ਚਾਂਸ ਦੇ ਡੇਟ ਸ਼ੀਟ ਅਨੁਸਾਰ ਪਰਚੇ ਦੇਣਗੇ। ਯਾਨੀ ਕਿ ਦੋਸਤੋ, ਜਿਹੜਾ ਤੁਹਾਨੂੰ ਦੱਸਾਂ ਮੈਂ ਇਹ ਡੇਟ ਸ਼ੀਟ ਦੇ ਵਿੱਚ ਕਿਸ ਤਰੀਕ ਨੂੰ, ਯਾਨੀ ਕਿ 1/2021 ਨੂੰ ਪੰਜਾਬੀ ਲਾਜ਼ਮੀ ਦਾ ਹੈਗਾ ਪੇਪਰ ਜੀ। ਉਸ ਤੋਂ ਬਾਅਦ ਕੀ ਆ, 3/3 ਨੂੰ ਜੀਓਗ੍ਰਾਫੀ, ਅਲੱਗ ਅਲੱਗ ਯਾਨੀ ਕਿ ਪੇਪਰ ਨੇ। ਤੁਸੀਂ ਇੱਕ ਵਾਰੀ ਦੇਖ ਲਓ ਧਿਆਨ ਨਾਲ ਤੁਹਾਡਾ ਕਿਹੜਾ ਪੇਪਰ ਹੈ ਜੀ, ਠੀਕ ਆ, ਕਿਸ ਡੇਟ ਨੂੰ। ਤਾਂ ਜਿੰਨਾ ਵੀ ਕੈਂਡੀਡੇਟ ਦਾ ਪੇਪਰ ਹੈਗਾ ਤਾਂ ਨੀਚੇ ਕਮੈਂਟ ਸੈਕਸ਼ਨ ਜ਼ਰੂਰ ਕਮੈਂਟ ਕਰਨਾ ਵੀ ਸਾਡਾ ਪੇਪਰ ਹੈ ਜੀ, ਇਸ ਤਰ੍ਹਾਂ ਦਾ ਹੈਗਾ, ਮਤਲਬ ਹਿਸਟਰੀ ਪੰਜਾਬੀ ਜੋ ਵੀ ਹੈਗਾ ਕਿਸ ਤਰੀਕੇ ਨਾਲ, ਉਹ ਜ਼ਰੂਰ ਕਮੈਂਟ ਜ਼ਰੂਰ ਦੱਸੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਜੋ ਆਪਣੇ ਨਾਲ ਜੁੜੇ ਹੋਏ ਨੇ ਵੀਰ, ਮਤਲਬ ਠੀਕ ਆ ਵੀ ਉਹ ਮਤਲਬ ਕਿੰਨੇ ਕੁ ਨੇ, ਮਤਲਬ ਜੋ ਬੀ ਏ ਦੇ ਡੇਟ ਸ਼ੀਟ ਆ ਚੁੱਕੀ ਆ। ਤਾਂ ਇਹ ਸੀ ਅੱਜ ਦੀ ਅਪਡੇਟ ਕਿ ਬੀ ਏ ਦੀ ਜਿਹੜੀ ਡੇਟ ਸ਼ੀਟ ਅਨਾਊਂਸ ਹੋ ਚੁੱਕੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ। ਤਾਂ ਮੈਂ ਆਸਾ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ, ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਕਈ ਵਾਰ ਕੈਂਡੀਡੇਟ ਨੂੰ ਨਹੀਂ ਪਤਾ ਚੱਲਦਾ ਕਿ ਡੇਟ ਸ਼ੀਟ ਆ ਚੁੱਕੀ ਆ, ਰੀਪੀਅਰ ਕੈਂਡੀਡੇਟ ਨੂੰ, ਤਾਂ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚ ਜਾਏ। ਤਾਂ ਪਲੀਜ਼ ਸ਼ੇਅਰ ਜ਼ਰੂਰ ਕਰੋ। ਤਾਂ ਥੈਂਕ ਯੂ ਜੀ ਦੋਸਤੋ, ਸਾਡੇ ਨਾਲ ਜੁੜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।